ਵਾਹਿ ਖਾਲਸਾ ਵਾਹਿ ਫਤਿਹ। ਆਓ ਸਿੱਖੀਏ ਅੱਜ ਦੀ ਰੈਸਪੀ ਮੁੱਛ ਮਰੋੜ ਚਾਹ। ਸਰਦੀਆਂ ਦਿਨਾਂ 'ਚ ਹੋਣ ਜਾਂ ਗਰਮੀਆਂ ਹੋਣ ਜਾਂ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੋਈ ਭੋਗ ਹੋਵੇ, ਕਿਵੇਂ ਬਣਾਈਏ ਮੁੱਛ ਮਰੋੜ ਚਾਹ। ਸੋ ਫਾਰਮੂਲਾ ਇਸ ਪ੍ਰਕਾਰ ਹੈ, ਸਭ ਤੋਂ ਪਹਿਲਾਂ ਜਿੰਨੇ ਕੱਪ ਚਾਹ ਬਣਾਉਣੀ ਹੈ ਉਨੇ ਕੱਪ ਪਾਣੀ ਪਾ ਲਓ। ਉਹਦੇ 'ਚੋਂ ਤੁਸੀਂ ਕੁਛ ਪਾਣੀ ਘੱਟ ਪਾਓ ਜਿੰਨਾ ਤੁਸੀਂ ਦੁੱਧ ਪਾਉਣਾ ਚਾਹੁੰਦੇ ਹੋ, ਇਹ ਡਿਪੈਂਡ ਕਰਦਾ ਤੁਹਾਡੀ ਲਾਈਕਿੰਗ 'ਤੇ। ਪਰ ਜੇ ਪਿੰਡਾਂ ਵਾਲੇ ਗਾੜੀ ਚਾਹ ਪੀਂਦੇ ਹਨ, ਮੇਰੀ ਫਾਰਮੂਲਾ ਇਸ ਪ੍ਰਕਾਰ ਹੈ, ਮੈਂ ਰੋਜ਼ 6 ਕੱਪ ਚਾਹ ਬਣਾਉਂਦਾ ਹਾਂ ਆਪਣੇ ਪਰਿਵਾਰ ਲਈ ਅਤੇ 6 ਕੱਪ ਚਾਹ ਬਣਾਉਂਦਾ ਹਾਂ ਗੁਰਦੁਆਰਾ ਸਾਹਿਬ ਮਾਡਲ ਐਕਸਟੈਂਸ਼ਨ ਵਾਸਤੇ, ਅਤੇ ਇਹ ਸੇਵਾ ਕਈ ਚਿਰ ਤੋਂ ਨਿਰੰਤਰ ਚੱਲ ਰਹੀ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਚਾਹ ਬਣਾਉਣ ਦਾ ਤਰੀਕਾ ਕੀ ਹੈ। ਪਹਿਲਾਂ ਇੱਕ ਡੋਂਗਾ ਲਿਆ, ਉਹਨੂੰ ਪਾਣੀ ਨਾਲ ਧੋ ਕੇ ਅੱਛੀ ਤਰ੍ਹਾਂ ਵਾਸ਼ ਕੀਤਾ ਅਤੇ ਫਿਰ ਉਹਨੂੰ ਗੈਸ 'ਤੇ ਰੱਖ ਕੇ ਉਹਦੇ ਵਿੱਚ 4 ਕੱਪ ਮਿਣ ਕੇ ਪਾਣੀ ਪਾ ਲਿਆ ਅਤੇ ਉਸ ਤੋਂ ਬਾਅਦ ਅਦਰਕ ਲਈ ਅਤੇ ਛਿਲਕੇ ਸਮੇਤ ਧੋ ਲਈ ਅਤੇ ਉਹਨੂੰ ਕੱਦੂਕਸ ਕੀਤਾ, ਕਿਉਂਕਿ ਛਿਲਕੇ 'ਚ ਫਾਈਬਰ ਹੁੰਦਾ, ਉਹਨੂੰ ਉਤਾਰਨਾ ਨਹੀਂ। ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਆਪਣਾ ਪੁਦੀਨਾ ਲੈਣਾ, ਪੁਦੀਨੇ ਦੀਆਂ ਪੱਤੀਆਂ ਨੂੰ ਧੋ ਕੇ ਅੰਦਾਜ਼ੇ ਨਾਲ ਕੋਈ ਪੱਤੀਆਂ ਪਾ ਲੈਣੀਆਂ, ਜੇ ਹੋ ਸਕੇ ਤਾਂ ਤੁਲਸੀ ਦੇ ਪੱਤੇ ਵੀ ਪਾ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਇਸ ਚੀਜ਼ ਨੂੰ ਥੋੜ੍ਹਾ ਥੋੜ੍ਹਾ ਧੀਮੀ ਆਂਚ 'ਤੇ ਉਬਲਣ ਦਿਓ ਅਤੇ ਉਬਲਦਿਆਂ ਉਬਲਦਿਆਂ ਪਾ ਦਿਓ ਸੌਂਫ, ਸੌਂਫ ਥੋੜ੍ਹੀ ਨਹੀਂ ਪਾਣੀ, ਥੋੜ੍ਹੀ ਵੱਧ ਹੀ ਪਾਓ ਤਾਂ ਕਿ ਖੁਸ਼ਬੂ ਆਵੇ। ਸੌਂਫ ਖੁਸ਼ਬੂ ਵਾਲੀ ਹੋਣੀ ਚਾਹੀਦੀ, ਵਿਆਹ ਸ਼ਾਦੀ 'ਤੇ ਖਾਣ ਵਾਲੀ, ਹੋਟਲਾਂ 'ਚ ਖਾਣ ਵਾਲੀ ਨਹੀਂ, ਚਾਹ ਵਾਲੀ ਸੌਂਫ ਅਲੱਗ ਹੁੰਦੀ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕਰੋ, 2 ਲੋ ਮੋਟੀਆਂ ਇਲਾਚੀਆਂ ਉਹਨਾਂ ਨੂੰ ਚੱਕਲੇ 'ਤੇ ਰੱਖ ਕੇ ਵੇਲੇ ਨਾਲ ਕੁੱਟ ਲਓ, ਉਹ ਵਿੱਚ ਪਾ ਦਿਓ ਅਤੇ ਫਿਰ ਤੁਸੀਂ ਲਓ 4 ਛੋਟੀਆਂ ਇਲਾਚੀਆਂ, ਉਹਨਾਂ ਨੂੰ ਚੱਕਲੇ 'ਤੇ ਰੱਖ ਕੇ ਵੇਲੇ ਨਾਲ ਕੁੱਟ ਲਓ। ਇਲਾਚੀਆਂ ਨੂੰ ਕੁੱਟਣਾ ਕਿਤੇ ਮੋਦੀ ਨਾਲ ਕੁੱਟਣ ਬਹਿ ਜਾਣਾ, ਉਹ ਤਾਂ ਆਪਣੇ ਤੌਰ 'ਤੇ ਕੁੱਟਿਆ ਹੀ ਗਿਆ, ਨਾ ਹੀ ਸਿੱਧੂ ਨੂੰ ਕੁੱਟਣਾ, ਨਾ ਹੀ ਕੇਜਰੀਵਾਲ ਨੂੰ ਕੁੱਟਣਾ, ਅਤੇ ਉਹ ਵਿਚਾਰੇ ਕੁੱਟੇ ਗਏ ਨੇ, ਮਰ ਚੁੱਕੇ ਹੋਏ ਨੇ। ਸੋ ਇਹ ਮੈਂ ਤੁਹਾਡੇ ਨਾਲ ਫਨ ਵੀ ਕਰਦਾ ਹੁੰਦਾ ਹਾਂ, ਆ ਚੰਨੀ ਸਾਹਿਬ ਦੀ ਜਾਇਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਉਹ ਸਹੀ ਇਨਸਾਨ ਹਨ। ਅਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਜਦੋਂ ਇਹ ਚੀਜ਼ਾਂ ਪਾ ਲਈਆਂ ਫਿਰ ਤੁਸੀਂ ਲੈਣਾ ਹੈ ਆਪਣਾ ਦਾਲ ਲੌਂਗ, 4 ਕੁ ਦਾਣੇ ਸਾਬਤ ਜਾਂ ਕੁੱਟ ਕੇ ਪਾ ਦਿਓ, ਅਤੇ ਫਿਰ ਤੁਸੀਂ ਪਾਣੀ ਹੈ ਥੋੜ੍ਹੀ ਜੀ ਦਾਲ ਚੀਨੀ ਕੁੱਟ ਕੇ ਆਪਣੇ ਟੇਸਟ ਅਨੁਸਾਰ, ਕੋਈ ਨਾ ਵੱਧ ਨਾ ਘੱਟ, ਜਿਹਦਾ ਤੁਹਾਡਾ ਟੇਸਟ ਹੋਵੇ ਭਰਾ ਜੀ, ਤੁਸੀਂ ਪੰਜਾਬ ਦੇ ਬੰਦੇ ਹੋ, ਆਪਣਾ ਟੇਸਟ ਵੇਖ ਲੈਣਾ। ਤਾਂ ਮੈਂ ਨਾਲ ਨਾਲ ਮਜ਼ਾਕ ਵੀ ਕਰਦਾ ਹਾਂ। ਤਾਂ ਫਿਰ ਤੁਸੀਂ ਜਦੋਂ ਇਹ ਚੀਜ਼ਾਂ ਪਾ ਲਈਆਂ ਅਤੇ ਫਿਰ ਭਰਾ ਜੀ ਇਹਨਾਂ ਨੂੰ ਦੁਆ ਉਬਾਲਾ ਦਿਓ ਕੱਸ ਕੇ, ਅਤੇ ਅਸੀਂ ਜਿਹੜੀ ਹੁੰਦੀ ਨਾ ਡਿਪ ਚਾਹ ਅੰਗਰੇਜ਼ਾਂ ਵਾਲੀ, ਉਹ ਨਾ ਪਸੰਦ ਕਰਦੇ, ਇਹ ਆਯੂ ਪਸੰਦ ਕਰਦਾ ਗਾ ਜਿਹਨੇ ਈਸਾਈ ਮਾ ਧਾਰਨ ਕਰ ਲਿਆ। ਅਤੇ ਇਹ ਜਿਹੜਾ ਤੁਹਾਡਾ ਸੁਖਵੀਰ ਬਾਦਲ ਅਤੇ ਮਹੇਸ਼ਿੰਦਰ ਗਰੇਵਾਲ, ਇਹਨਾਂ ਨੇ ਵੀ ਈਸਾਈ ਮਾ ਧਾਰਨ ਕਰ ਲਿਆ ਅਤੇ ਬੋਰਡ ਅੰਗਰੇਜ਼ੀ 'ਚ ਲੱਗਦੇ ਹਨ, ਅਸਾਂ ਤਾਂ ਅਨਪੜ੍ਹ ਹਾਂ, ਸਾਨੂੰ ਕੀ ਪਤਾ ਹੈ ਅੰਗਰੇਜ਼ੀ ਕੀ ਹੁੰਦੀ ਹੈ, ਇਹ ਹੁਣ ਅੰਗਰੇਜ਼ੀ 'ਚ ਸਾਨੂੰ ਪੜ੍ਹਾਉਣਗੇ ਤਾਂ ਆਹ ਵਿਚਾਰਿਆਂ ਨੂੰ ਸ਼ਾਇਦ ਉੜਾ ਉੜਾ ਆਉਂਦਾ ਨਾ ਹੋਵੇ ਅੰਗਰੇਜ਼ੀ ਦਾ, ਪਤਾ ਨਹੀਂ ਕਿਹੜੇ ਸਕੂਲੋਂ ਮੂਰਖ ਪੜ੍ਹ ਕੇ ਆਏ ਨੇ, ਚਾਹੇ ਮਹੇਸ਼ਿੰਦਰ ਗਰੇਵਾਲ ਹੈ ਅਤੇ ਚਾਹੇ ਸੁਖਵੀਰ ਬਾਦਲ ਹੈ ਅਤੇ ਪ੍ਰਕਾਸ਼ ਬਾਦਲ ਤਾਂ ਵਿਚਾਰੇ ਇੰਗਲਿਸ਼ ਆਉਂਦੀ ਕੋਈ ਨਹੀਂ, ਪੱਗ ਇਤਨੀ ਗੰਦੀ ਬੰਦਾ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਦੇ ਸੁੱਤਾ ਉੱਠਿਆ ਕੇ ਪੱਗ ਬੰਨੀ ਹੈ, ਇਹ ਮੇਰਾ ਨਾਲ ਫਨ ਚੱਲਦਾ ਹੈ। ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਕੱਸ ਕੇ ਉਬਾਲਾ ਆ ਗਿਆ ਨਾ ਪੰਜਾਬੀਆਂ ਵਾਲਾ, ਅਤੇ ਫਿਰ ਨਾ ਤੁਸੀਂ ਜਿਵੇਂ 6 ਕੱਪ ਚਾਹ ਬਣਾਈਏ ਅਤੇ 6 ਚਮਚ ਪਾ ਦਿਓ ਸ਼ੱਕਰ ਦੇ, ਉਹ ਨਹੀਂ ਪਾਣੀ ਆਪਣਾ, ਚੀਨੀ। ਚੀਨੀ ਬਾਰੇ ਭਾਈ ਦਿੰਦੇ ਸੁਣਨ ਵਾਲਿਆਂ ਨੇ ਇੱਕ ਵੀਡੀਓ ਪਾਈ ਸੀ ਕਿ ਇਹਦਾ ਜਿਹੜਾ ਢੰਗ ਹੈ ਨਾ ਬੜਾ ਗੰਦਾ ਹੈ, ਅਤੇ ਜੇ ਫੈਕਟਰੀ ਵੇਖੋ ਤਾਂ ਨਫ਼ਰਤ ਹੋ ਜਾਏਗੀ। ਤੋ ਸ਼ੱਕਰ 6 ਚਮਚ ਪਾ ਲਓ, ਅਤੇ ਜੇ ਪੰਜਾਬੀ ਥੋੜ੍ਹਾ ਮਿੱਠਾ ਚੀਨੀ ਕੱਸ ਕੇ ਪੀਂਦੇ ਹਨ ਤਾਂ ਪਾ ਲਓ 8 ਪਾ ਲਓ। ਅਤੇ ਇਹ ਜਿਹੜੀ ਸ਼ੂਗਰ ਹੈ ਨਾ ਸਾਨੂੰ ਇਹ ਨਹੀਂ ਛੱਡਦੀ, ਅਤੇ ਇਹਦਾ ਇਲਾਜ ਹੈ ਤੁਸੀਂ GS ਨਿਊਟ੍ਰੀਸ਼ਨ ਸੈਂਟਰ ਨੇੜੇ ਸਰਕਟ ਹਾਊਸ ਪਹੁੰਚ ਜਾਓ, ਉੱਥੋਂ ਦੱਸਦੀਆਂ 8 ਬਿਮਾਰੀਆਂ ਇਨਕਲੂਡਿੰਗ ਸ਼ੂਗਰ ਠੀਕ ਹੋਈਆਂ ਹਨ। ਅਤੇ ਜਾਂ ਜੇ ਤੁਸੀਂ ਇਲਾਜ ਨਾ ਕਰਨਾ ਹੋਵੇ ਤਾਂ ਦੀਪਕ ਹੋਸਪਿਟਲ ਡਾਕਟਰ ਮਨੀਤ ਕੌਰ ਹੈ MD MBBS, ਉਹਨੇ ਵਿੰਦਰਾਂ ਦੀ ਮੇਰੀ ਸ਼ੂਗਰ ਹਮੇਸ਼ਾ ਲਈ ਠੀਕ ਕਰਤੀ ਸੀ, ਅਤੇ ਲੋਕਾਂ ਮਜ਼ਾਕ ਕੀਤਾ ਸੀ ਇਹ ਸ਼ੂਗਰ ਫਿਰ ਵਧੇਗੀ, ਇਹ ਕਿਸੇ ਘਟਦੀ ਨਹੀਂ ਹੈ। ਤੋ ਭਾਈ ਜਸਵੀਰ ਸਿੰਘ ਖੰਨੇ ਵਾਲੇ ਵੀ ਰੋਜ਼ ਆਪਣਿਆਂ ਨੂੰ ਇੰਜੈਕਸ਼ਨ ਲਗਾਉਂਦੇ ਸਨ ਸ਼ੂਗਰ ਦਾ, ਪਰ ਹੁਣ ਸ਼ੂਗਰ ਦਾ ਪੱਕਾ ਇਲਾਜ ਨਿਕਲ ਆਇਆ ਹੈ, ਸ਼ੂਗਰ ਕਰਕੇ ਕਈਆਂ ਦੀ ਡਾਊਨ ਹੁੰਦੀ ਹੈ, ਵਿਚਾਰੇ ਚਾਹ ਵੀ ਵਸਦੇ ਹਨ। ਸੋ ਕਿਤੇ ਜਾਂਦੇ ਜੀ ਸੈਂਟਰ ਪਹੁੰਚ ਜਾਓ ਜਾਂ ਦੀਪਕ ਹਸਪਤਾਲ ਪਹੁੰਚ ਜਾਓ, ਤੁਹਾਡੀ ਸ਼ੂਗਰ ਨਾ ਠੀਕ ਹੋਵੇ ਤਾਂ ਮੈਂ ਨਾ ਵਟਾ ਦੇਣਾ। ਤੋ ਫਿਰ ਤੁਸੀਂ ਨਾ ਕੱਸ ਕੇ ਪਾਓ ਸ਼ੱਕਰ,
ਅਤੇ ਫਿਰ ਨਾ ਦੁੱਧ ਕਿੰਨਾ ਪਾਉਣਾ, ਜਿਵੇਂ ਚਾਰ ਕੱਪ ਪਾਣੀ ਪਾਇਆ ਸੀ ਤਾਂ ਦੋ ਕੱਪ ਭਰ ਕੇ ਦੁੱਧ ਪਾਉਣਾ, ਦੁੱਧ ਪਿਓਰ ਹੋਣਾ ਚਾਹੀਦਾ। ਸੋਹੀ ਡੈਰੀ ਦਾ ਦੁੱਧ ਜਿਹੜਾ ਸਿੱਧ ਦੋਹਰੇ ਹੈ ਉਹ ਬਿਲਕੁਲ ਪਿਓਰ ਹੈ, ਉਹਦੀ ਫੈਟ ਸਾਰੇ ਸ਼ਹਿਰ ਤੋਂ ਇੱਕ ਨੰਬਰ ਹੈ ਅਤੇ ਰੇਟ ਸਾਰੇ ਸ਼ਹਿਰ ਤੋਂ ਘੱਟ ਹੈ। ਸਿੱਧੂ ਦੇ ਰਿਹਾ 60 ਰੁਪਈਏ, ਇਹ ਦੇ ਰਿਹਾ 55 ਰੁਪਈਏ, ਅਤੇ ਸੁਖਨੀ ਡੈਰੀ ਜਿਹੜੀ ਉਦੇਸ਼ ਸਿੰਘ ਚੌਂਕ ਦੇ ਸਾਹਮਣੇ ਦੇ ਰਿਹਾ 63 ਰੁਪਈਏ। ਦੇਖੋ ਕਿਤਨਾ ਫਰਕ ਹੈ, ਜੇ ਰੋਜ਼ ਦਾ 5 ਰੁਪਏ ਜਾਂ 8 ਰੁਪਏ ਫਰਕ ਲਾਈਏ ਤਾਂ ਬਜਟ ਕਿੱਥੇ ਆ ਪੈਂਦਾ ਹੈ। ਸੋ ਆਪਣੇ ਬਜਟ ਰਹਿਣਾ ਸਿੱਖੋ ਭਰਾ ਮੇਰੇ, ਅਤੇ ਉਹਦੇ ਵਿੱਚ ਨਾ ਫਿਰ ਤੁਸੀਂ ਕਿਆ ਕਸੋ ਅਤੇ ਭਰਾ ਮੇਰੇ, ਅਤੇ ਇਹ ਜਦੋਂ ਚਾਹ ਪਾਓਗੇ ਨਾ ਕੈਟਲ ਵਿੱਚ, ਆਹਾ ਹਾ ਹਾ, ਜੇ ਤੁਸੀਂ ਅੱਧਾ ਕੱਪ ਵੀ ਪੀ ਲਿਆ ਨਾ, ਅੱਧੇ ਤੋਂ ਵੀ ਅੱਧਾ, ਉਹ ਕਾ ਮਹਾਰਾਜ ਕਹਿੰਦੇ ਇਹੋ ਜਿਹਾ ਸਵਰ ਦਾ ਨਜ਼ਾਰਾ ਹੈ। ਇਹ ਚਾਹ ਦਾਸ ਨੇ ਇੰਡੀਆ ਅਕੈਡਮੀ 'ਚ ਵੀ ਪਿਆ ਕੇ ਵੇਖੀ ਹੈ, ਗੁਰੂ ਘਰ 2 ਟਾਈਮ ਪਿਆ ਕੇ ਵੇਖੀ ਹੈ, ਅਤੇ ਮੇਰੇ ਕੋਲ ਕੈਟਲ ਹਰ ਵੇਲੇ ਤਿਆਰ ਰਹਿੰਦੀ ਹੈ ਅਤੇ ਨਿਸ਼ਕਾਮ ਸੇਵਾ ਤਾਂ ਕਰਦਾ, ਪਰ ਮੈਂ ਰੋਟੀ ਦਿਖਾਉਣੀ ਹੈ ਕਿ ਨਹੀਂ। ਹੁਣ ਮੈਂ ਚਾਹ ਦਾ ਜੁਗਾੜ ਸ਼ੁਰੂ ਕਰਨ ਲੱਗਾ, ਮੁੱਛ ਮਰੋੜ ਚਾਹ ਅਤੇ ਆਪਣੇ ਨੂੰਹ ਦੀਆਂ ਬਣੀਆਂ ਹੋਈਆਂ ਬਹੁਤ ਹੀ ਦੇਸੀ ਘਿਓ ਦੀਆਂ ਡਰਾਈ ਫਰੂਟ ਵਾਲੀਆਂ ਪਿੰਨੀਆਂ, ਅਤੇ ਮੈਂ ਰੇਟ ਵੱਧ ਨਹੀਂ ਰੱਖਣਾ ਤਾਂ ਕਿ ਹਰ ਗਰੀਬ ਆਦਮੀ ਅਫੋਰਡ ਕਰ ਸਕੇ। ਸੋ ਜਿਨ੍ਹਾਂ ਨੂੰ ਅੱਗੇ ਪਿੱਛੇ ਚਾਹ ਚਾਹੀਦੀ ਹੋਵੇ ਵਿਆਹ ਸ਼ਾਦੀ ਵਾਸਤੇ ਜਾਂ ਵੈਸੇ ਵੀ ਘਰ ਵਿੱਚ ਕੋਈ ਮੂਡ ਬਣਿਆ, ਸਾਰੇ ਰਲ ਕੇ ਬੈਠੇ ਨੇ ਸਰਦੀਆਂ 'ਚ ਮੂੰਗਫਲੀ ਖਾਂਦੇ ਪਏ ਨੇ, ਅਤੇ ਤੁਸੀਂ ਮੈਨੂੰ ਆਰਡਰ ਕਰੋ ਅਤੇ ਤੁਸੀਂ ਚਾਹ ਆਪ ਆ ਕੇ ਲੈ ਜਾਓ, ਕਿਉਂਕਿ ਮੈਂ ਇਕੱਲਾ ਆਦਮੀ ਹਾਂ ਅਤੇ ਮੇਰੇ ਕੋਲ ਕੋਈ ਸਰਸ ਬੁਆਏ ਨਹੀਂ ਹੁੰਦਾ। ਅਤੇ ਬਾਕੀ ਚਾਹ ਦਾ ਕੱਪ ਤੁਸੀਂ ਬਾਜ਼ਾਰ ਜਾਓ, ਇੰਨੀ ਗਾੜੀ ਚਾਹ 15-20 ਰੁਪਏ ਤੋਂ ਘੱਟ ਕੋਈ ਨਾ ਦੇਸੀ, ਤਾਂ ਮੈਂ ਦੇਸਾਂ 10 ਰੁਪਏ ਦਾ ਕੱਪ। ਅਤੇ ਜਿਹੜੀ ਪਿੰਨੀ ਦੇਸੀ ਘਿਓ ਦੀ ਡਰਾਈ ਫਰੂਟ ਨਾਲ ਲੱਦੀ ਹੋਈ ਅਤੇ ਨੂੰਹ ਨੇ ਗੁਰਬਾਣੀ ਪੜ੍ਹ ਕੇ ਤਿਆਰ ਕੀਤੀ, ਉਹ ਵੀ 10 ਰੁਪਏ ਦੇਸਾਂ। ਸੋ ਕੀ ਮਾੜਾ ਹੈ, ਫਿਰ ਸਵੇਰੇ ਸਵੇਰੇ ਤੁਸੀਂ ਜਿਸ ਵੇਲੇ ਮਰਜ਼ੀ ਦਾਸ ਨੂੰ ਫੋਨ ਮਾਰੋ, 10 ਰੁਪਏ ਜ਼ਿਆਦਾ ਕੱਪ, 10 ਰੁਪਏ ਪਿੰਨੀ ਲਓ ਅਤੇ ਆਪਣਾ ਖੁਸ਼ੀਆਂ ਮਾਣੋ, ਅਤੇ ਤੁਹਾਡਾ ਵੀ ਗੁੜ ਬਣ ਗਿਆ ਸੀ, ਮੈਨੂੰ ਵੀ ਰੁਜ਼ਗਾਰ ਚੱਲ ਰਿਹਾ ਸੀ, ਇਹ ਮੈਂ ਲਾਲਚ ਨਹੀਂ, ਮੈਂ ਢਿੱਡ ਪਾਲਣਾ, ਮੈਨੇ ਸਿੱਧੂਆਂ ਤਰ੍ਹਾਂ ਪੈਸੇ ਨਹੀਂ ਖਾਣੇ। ਕੱਲ੍ਹ ਮੈਂ ਕਚਹਿਰੀ ਗਿਆ ਨਵੀਂ, ਅਤੇ ਉੱਥੇ ਕੋਈ ਸਿਆਸੀ ਬੰਦੇ ਕਹਿੰਦੇ ਅਸੀਂ ਨਾ ਸਿਆਸਤ ਦੀ ਗੱਲ ਕਰਦਾ, ਕੀ ਕਰ ਸੋ, ਕਹਿੰਦੇ ਅਸੀਂ ਨਾ ਸਮਾਜ ਦੀ ਸੇਵਾ ਕਰਨਾ ਚਾਹੁੰਦਾ। ਮੈਂ ਤਾਂ ਵੈਸੇ ਹੀ ਕਰ ਲਉ, ਕਹਿੰਦੇ ਪੈਸੇ ਆਣਗੇ ਤਾਂ ਕਰਾਂਗੇ ਨਾ। ਮੈਂ ਭਰਾ ਭੁੱਖੇ ਮਰਦੇ ਪਿਓ, ਰੋਟੀ ਗੁਰਦੁਆਰੇ ਖਾ ਲਿਆ ਕਰੋ, ਜੇ ਭੁੱਖੇ ਹੋ ਤਾਂ ਸੰਦ ਕੱਢ ਲਿਆ ਕਰੋ। ਉਹ ਤਾਂ ਕੱਢਦੇ ਹੀ ਹਨ ਜੀ, ਮੈਂ ਕਿਹਾ ਜਿਹੜੀ ਸੇਵਾ ਹੁੰਦੀ ਹੈ ਉਹਦੇ ਦੀ ਮਿਥਾਜ ਨਹੀਂ ਹੁੰਦੀ। ਤੁਸੀਂ ਖਰਾਬੋ, ਹੁਣ ਇਹਨਾਂ ਦੇ ਰੁਜ਼ਗਾਰ ਚੱਲਦੇ ਨੇ, ਇਹਨਾਂ ਦੇ ਵਿੱਚੋਂ ਪੈਸੇ ਖਾਣੇ ਪਾਰਟੀ ਫੰਡ 'ਚੋਂ ਵੀ ਮੋਦੀ ਵਰਗਿਆਂ ਨੇ, ਤਾਂ ਮੈਂ ਤਾਂ ਨਹੀਂ ਨਾ ਖਾਣੇ। ਤਾਂ ਮੈਂ ਬਾਈ ਇਹ ਤਾਂ ਮੇਰਾ ਰੁਜ਼ਗਾਰ ਹੈ, ਪੈਨਸ਼ਨ ਮੈਨੂੰ ਆਉਂਦੀ ਹੈ, ਤਾਂ ਇਹ ਜਿਹੜਾ ਤੁਸੀਂ ਮੈਨੂੰ ਚਾਹ ਮੇਰੇ ਕੋਲ ਬਹਿ ਕੇ ਪੀਓਗੇ ਜਾਂ ਪਿੰਨੀ ਖਾਓਗੇ ਦੇਸੀ ਘਿਓ ਦੀ ਡਰਾਈ ਫਰੂਟ ਵਾਲੀ, ਅਤੇ ਇੱਕ ਤਾਂ ਅਸੀਸਾਂ ਦਿਓਗੇ ਔਰ ਦੂਸਰਾ ਮੈਂਡਾ ਪੇਟ ਚੇਟ ਤਾਂ ਮੇਰਾ ਲੱਗਾ ਹੋਇਆ ਨਾ। ਗਿਆਨੀ ਸਾਹਿਬ ਸਿੰਘ ਸ਼ਾਹਬਾਦ ਵਾਲਿਆਂ ਕੋਲ ਇੱਕ ਵਾਰੀ ਇੱਕ ਭੈਣ ਜੀ ਨੇ ਪੁੱਛਿਆ, ਭਰਾ ਗਿਆਨੀ ਜੀ ਸਾਡੇ ਸ਼ਹਿਰ ਕਥਾ ਕਰਨੀ ਹੈ ਅਤੇ ਤੁਸੀਂ ਡਾਇਰੀ ਵੇਖੋ ਟਾਈਮ ਹੈ? ਗਿਆਨੀ ਜੀ ਕਹਿੰਦੇ ਟਾਈਮ ਤਾਂ ਹੈ, ਕਹਿੰਦੇ ਬੇਟਾ 10 ਵਜੇ ਤਾਂ ਪ੍ਰਚਾਰ ਨਾਲ ਝਗੜਾ ਕਰਦੇ ਹਨ ਅਤੇ ਬਾਅਦ ਬੇਇੱਜ਼ਤੀ ਬੜੀ ਕਰਦੇ ਹਨ। ਗਿਆਨੀ ਜੀ ਕਹਿਣ ਲੱਗੇ, ਭੈਣ ਜੀ ਮੈਂ ਕੋਈ ਵਪਾਰੀ ਨਹੀਂ ਹਾਂ, ਮੈਂ ਕੋਈ ਭਿਖਾਰੀ ਨਹੀਂ ਹਾਂ, ਤੁਹਾਡੇ ਕੋਲ ਬੇਟਾ ਮੰਗਾਂ, ਅਤੇ ਮੈਂ ਵਪਾਰੀ ਵੀ ਨਹੀਂ ਹਾਂ, ਮੈਂ ਘੱਟ ਵੱਧ ਕਰਾਂ, ਪੇਟ ਮੇਰੇ ਨਾਲ ਵੀ ਲੱਗਾ ਹੋਇਆ, ਜੋ ਦਿਓਗੇ ਅਸੀਂ ਲੈ ਲਾਂਗੇ। ਸੋ ਭਰਾ ਜੀ 10 ਰੁਪਏ ਤਾਂ ਮੇਰਾ ਹੱਕ ਬਣਦਾ ਹੀ ਹੈ ਨਾ, ਚਾਹ ਤਾਂ 10 ਰੁਪਏ ਦਾ ਵੀ ਹੱਕ ਬਣਦਾ ਹੈ। ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਤੁਸੀਂ ਦਾਸ ਦੇ ਰੁਜ਼ਗਾਰ ਨੂੰ ਅੱਗੇ ਵਧਾਓਗੇ ਅਤੇ ਚਾਹ ਪੀ ਕੇ ਅਤੇ ਮੁੱਛ ਮਰੋੜ ਚਾਹ ਪੀ ਕੇ ਜਿਹੜੀ ਸ਼ਿਕਾਰਗੜ੍ਹ ਦੂਰ ਹਜ਼ੂਰ ਸਾਹਿਬ ਦੇ ਮਿਲਦੀ ਹੈ ਅਤੇ ਨਾਲ ਇਹ ਵੀ ਆਪਣਾ ਪਿੰਨੀ ਖਾਓਗੇ। ਮੈਂ ਹੁਣ ਜਲਦੀ ਜਿਹੜਾ ਹੁੰਦੇ ਨਾ ਮਾਲਪੂੜੇ ਅਤੇ ਆ ਤੁਹਾਡੀ ਚਿੱਲਾ ਵੇਸਣ ਦਾ ਅਤੇ ਉਹ ਪਕੌੜੇ ਮਿਕਸ ਪਕੌੜੇ ਗੋਭੀ ਪਕੌੜੇ ਇਹ ਵੀ ਸ਼ੁਰੂ ਕਰਨ ਜਾ ਰਿਹਾ ਹਾਂ ਜਿਵੇਂ ਜਿਵੇਂ ਦਾਸ ਨੂੰ ਟਾਈਮ ਮਿਲੇਗਾ। ਉਹ ਦਾਸ ਜਿਵੇਂ ਬਹੁਤ ਹਨ, ਸੋ ਜਿਵੇਂ ਮੁਤਾਬਕ ਤੁਸੀਂ ਮੈਨੂੰ ਆਰਡਰ ਕਰੋ, ਮੈਂ ਟਾਈਮ ਕੱਢ ਲੈਸਾਂ। ਦੇਖੋ ਜਦ ਰੇਟ ਲੱਗਾ ਹੋਇਆ ਤਾਂ ਕੁਝ ਮੈਨੂੰ 4 ਪੈਸੇ ਦੇਸੋ ਅਤੇ ਮੈਂ ਜਦ ਆਪਸੀ ਨਾ, ਮੈਨੂੰ ਵੀ ਤਾਂ ਤੁਹਾਨੂੰ ਹੀ ਬੱਲੇ 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 ਮੋਦੀ ਵੜ ਗਿਆ ਥੱਲੇ, ਸਿੱਧੂ ਵੜ ਗਿਆ ਥੱਲੇ, ਕੇਜਰੀਵਾਲ ਨੂੰ ਭਜਾਓ ਅਤੇ ਇਹਨੂੰ ਦੁੱਖ ਪੜਦਾਓ ਅਤੇ ਨਾਲ ਮੂਰਖ ਸੁਖਬੀਰ ਬਾਦਲ ਕਹਾਂ ਸੇ ਆਇਆ ਅਤੇ ਇਹ ਭੁੱਖੀ ਖਾਂਦਿਆਂ ਜਰਾ ਵੀ ਨਾ ਸ਼ਰਮਾਇਆ। ਵਾਹਿਗੁਰੂ ਫਤਿਹ, ਵਾਹਿਗੁਰੂ ਫਤਿਹ ਜੀ, ਵਾਹਿਗੁਰੂ ਫਤਿਹ ਜੀ।